ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ। ਅੱਜ ਆਪਾਂ ਪਹੁੰਚੇ ਆ ਬੱਕਰਾ ਮੰਡੀ ਫੁੱਲੋਂ ਵਿੱਚ ਤੇ ਬਾਈ ਲੈ ਕੇ ਆਇਆ ਆਪਦੇ ਜਾਨਵਰ ਬੱਕਰੇ ਤੇ ਬਾਈ ਦੇ ਨਾਲ ਕਰਦੇ ਆ ਗੱਲਬਾਤ। ਕਿਹੜਾ ਪਿੰਡ ਹੈ, ਕੀ ਇਹਨਾਂ ਦੀ ਡਿਟੇਲ ਆ ਬੱਕਰਿਆਂ ਦੀ? ਬਾਈ ਕਦੋਂ ਕਦੇ ਜਾਨਵਰ ਰੱਖਦੇ? ਜਾਨਵਰ ਦਾ ਸਾਹਮਣੇ ਬੱਕਰੀਆਂ ਤੇ ਛੱਡ ਦੇ। ਹਾਂ ਬੱਕਰੇ ਛੱਡ ਦੇਣੇ, ਕੋਈ ਮਰਜ਼ੀ ਦੇ ਲਿਆ। ਬੱਕਰੇ ਦੀ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ, ਫੀਸ ਕੋਈ ਨਹੀਂ। ਬੱਕਰੀ ਭਰਾਉਣੀ ਆ ਤੇ ਬਹੁਤ ਵੱਡੀ ਗੱਲ ਆ ਜਿਹੜੀ ਨਹੀਂ। ਅੱਜ ਕੱਲ ਬਹੁਤ ਤਰੱਕੀ ਹੁੰਦੀ ਆ, ਇਹ ਵੀ ਨਹੀਂ ਵੇਚਣਾ। ਸ਼ਕੀਰਾ ਬੱਚਾ, ਇਹ ਕਿਹੜੇ ਦਾ ਬੱਚਾ? ਇਹਦਾ ਮਤਲਬ ਆਪ ਹੈ ਜਿਹੜਾ ਹੋਰ ਇਹਦਾ ਬੱਚਾ ਨਹੀਂ ਹੈਗਾ ਬਾਈ, ਦੂਜੋ ਆਉਣਾ ਯਾਰ ਦੁਆਲੇ ਪਾਸੇ। ਇਹਦਾ ਰਿਜ਼ਲਟ ਆਇਆ ਨਹੀਂ ਹਜੇ ਨਾ। ਗੰਡੂ ਨਾ ਹੋਵੇ ਬੱਕਰਾ ਤੇ ਬੱਚੇ ਦੇ ਕੰਨ ਕੋਲ ਲੰਮੇ ਹੋਣਾ ਤੇ ਅੱਗੇ ਹੱਡਾ ਪਰ ਖੁੱਲਾ ਹੋਵੇ ਜਾਨਵਰ ਜਮਾ ਜੱਟ ਜਮਾ ਕਾਲੀ ਬੱਕਰੀ ਕੀ ਡੱਬਾ ਪੀਣਾ ਪੈਣਾ ਬਾਹਰ ਚਾਰਦੇ। ਜੇ ਮੈਂ ਨਫੇ ਦੀ ਗੱਲ ਕਰਾਂ ਤੇ ਹੁਣ ਤੱਕ ਕਿੰਨਾ ਕਿੰਨਾ ਵਾਧਾ ਹੋਇਆ ਜੇ ਮੈਂ ਸਮਝ ਲਿਆ। ਬਾਕੀ ਆਪਦੀ ਮਿਹਨਤ ਮੋੜਦੇ ਆ ਬਾਈ ਯਾਰ, ਜਿੰਨੀ ਗੱਲ ਸਿਗਰਟ ਬਹਿ ਧੁੱਪੇ ਫਸਦੇ ਆ। ਕਿੰਨੇ ਚਿਰ ਧੀਆਂ ਵੀ ਕਿੰਨੇ ਕਿੰਨਾ ਟਾਈਮ ਲੱਗ ਗਿਆ ਟਾਈਮ ਹੁਣ ਬਾਈ ਯਾਰ? ਬਾਕੀ ਯਾਰ ਸਕੂਲ ਨਾ ਕਿਤੇ ਗਏ ਰਹੀ, ਮੈਂ ਆਪ ਫਿਰ ਘਰਦਿਆਂ ਨੇ ਬਹੁਤ ਕੋਸ਼ਿਸ਼ ਕਰੀ ਜਿਹੜੀ ਸਕੂਲ ਬਾਅਦ ਜਾ, ਅਸੀਂ ਜਮਾਂ ਪੜ੍ਹੇ ਨਹੀਂ ਤਾਂ ਕਰਕੇ ਅਸੀਂ ਆਪਦੇ ਫਿਰ ਆਹੀ ਕੰਮ ਮੈਂ ਸੋਚ ਲਿਆ ਜੀ। ਫਿਰ ਮੈਂ ਫਿਰ ਆਹੀ ਕੰਮ ਚੋਗਾ ਜੇ ਤੋਂ ਮੈਂ ਤੋਂ ਮਾਲ ਬਣਾਉਣਾ, ਮਾਲ ਮਾਲ ਬੱਕਰੇ ਆਪਾਂ ਤਿਆਰ ਬਣ ਗਏ ਹਾਂ। ਜਿਹੜੀ ਗੱਲ ਕੋਈ ਚੀਜ਼ ਘਰ ਲਿਆਉਣ ਦਿੱਤੀ ਇਹਨਾਂ ਨੇ ਬਾਈ ਜਿਹੜੀ
कोई मर्जी बंदा अपना बंदा पुछ ले की काम करदे आपां कह दिंदे आ गबंदर बढ़िया आवाज लगदे ने देख बकरियां चार भाई ओ पहलां वाली गल तां बकरियां दी हुण रही नहीं बहुत ज्यादा डिमांड वध गई हुण तां यार भाई मनना जिहड़ी गल 5-7 हज़ार हुण तां 3 हज़ार दा मैना आउंदा नहीं जिहड़ी गल ठीक है हुण 30 हज़ार तों बकरी घट आउंदी नहीं जिहड़े जिहड़ा कोई जानवर चंगा जानवर आ 25 दे कला मन के बंदा छड्ड दिंदा 10 हज़ार तों स्टार्ट आ बच्चा हां चंगा बकरा भज के ना मेहनत की बंद चार मर्जी आज बकरी शौक शौक ना पाले कोई भी जानवर छोटे होंगे तो आप जानवर बंद कर दे चल माल को।